ਆਜ਼ਾਦੀ ਦੇ 75ਵੇਂ ਮਹਾਂ ਉਤਸਵ ਦੇ ਮੌਕੇ ਜਿੱਥੇ ਸਾਰਾ ਦੇਸ਼ ਖੁਸ਼ੀਆਂ ਮਨਾ ਰਿਹਾ ਹੈ ਅਤੇ ਤਿਰੰਗਾ ਫਹਿਰਾ ਰਿਹਾ ਹੈ, ਉੱਥੇ ਹੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਇਹ ਖੁਸ਼ੀ ਬੜੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਖੁਸ਼ੀ ਨੂੰ ਮਨਾਉਣ ਵਿੱਚ ਜਿੱਥੇ ਸਾਰਾ ਫਾਜ਼ਿਲਕਾ ਜ਼ਿਲ੍ਹਾ ਲੱਗਿਆ ਹੋਇਆ ਹੈ, ਉੱਥੇ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਅਤੇ BSF ਅਤੇ ਆਰਮੀ ਵੀ ਚੁਸਤ ਦਰੁਸਤ ਅਤੇ ਮੁਸਤੈਦ ਹੈ। ਇਹਨਾਂ ਵੱਲੋਂ ਸ਼ਹਿਰ ਵਿੱਚ ਅਮਨ ਅਮਾਨ ਅਤੇ ਸੁੱਖ ਸ਼ਾਂਤੀ ਬਣਾਏ ਰੱਖਣ ਵਾਸਤੇ ਅੱਜ ਫਲੈਗ ਮਾਰਚ ਸੰਯੁਕਤ ਰੂਪ ਵਿੱਚ ਕੱਢਿਆ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ। ਇਹ ਫਲੈਗ ਮਾਰਚ ਫਾਜ਼ਿਲਕਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਕੱਢਿਆ ਗਿਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਇਹ ਵਿਖਾਇਆ ਗਿਆ ਵੀ ਕਿਸੇ ਨੇ ਕੋਈ ਵੀ ਸਮਾਜ ਵਿਰੋਧੀ ਹਰਕਤ ਕੀਤੀ ਤਾਂ ਉਸ ਖਿਲਾਫ਼ ਕੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਤੇ ਇਹ ਮੈਸੇਜ ਦਿੱਤਾ ਗਿਆ ਕਿ ਜੇਕਰ ਕੋਈ ਸਮਾਜ ਵਿਰੋਧੀ ਹਾਲੇ ਵੀ ਫਾਜ਼ਿਲਕਾ ਵਿੱਚ ਰਹਿ ਰਿਹਾ ਹੈ ਤਾਂ ਉਹ ਪੰਜਾਬ ਛੱਡ ਜਾਵੇ, ਕਿਉਂਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਫਾਜ਼ਿਲਕਾ ਵਿੱਚ ਨਹੀਂ ਰਹਿ ਦਿੱਤਾ ਜਾਵੇਗਾ। ਇੱਥੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਸੁਭੇਸ਼ ਸਿੰਘ ਤਾਂ ਪਿੱਛੇ ਰਹਿ ਗਿਆ, ਆ ਜਾਏਗਾ ਆ ਜਾਏਗਾ ਸਾਰੇ। ਜਨਰਲ ਸਾਰੇ ਜਿਹੜੀ ਸਿਕਿਉਰਿਟੀ ਸਿਚੁਏਸ਼ਨ ਬਿਲਕੁਲ ਅਸੀਂ ਮੁਸਤੈਦ ਹਾਂ। ਸਾਡੀ ਜਿਹੜੀ ਫੋਰਸ ਅਤੇ ਕਮਾਂਡ ਸਾਹਿਬ ਅਤੇ ਅਸੀਂ ਇਕੱਠੇ ਕਰ ਰਹੇ ਹਾਂ ਫਲੈਗ ਮਾਰਚ, ਅਤੇ ਅਸੀਂ ਪ੍ਰੋਪਰ ਸਿਕਿਉਰਿਟੀ ਦੇ ਸਟੱਡੀ ਕੀਤੀਆਂ ਹੋਈਆਂ ਆਪਣੇ ਸਾਰੇ ਸ਼ਹਿਰ ਦੇ ਵਿੱਚ ਸਾਰੇ ਇੱਥੇ। ਸਰ 15 ਅਗਸਤ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੈ, ਕਿਸ ਤਰ੍ਹਾਂ ਦੀ ਸੁਰੱਖਿਆ ਵਰਤੀ ਜਾ ਰਹੀ ਹੈ? ਅਸੀਂ ਤੁਸੀਂ ਦੇਖਿਆ ਹੀ ਹੋਣਾ ਸਾਡਾ ਟੋਟਲੀ ਜਿਹੜਾ ਫਲੈਗ ਮਾਰਚ ਹੈ, ਅਤੇ ਅਸੀਂ ਸਾਰੇ ਤਿੰਨੇ ਜਿਹੜੇ ਮੇਨ ਸ਼ਹਿਰ ਆਪਣੇ ਉਹਦੇ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ। ਅਤੇ ਸਾਡੇ BSF ਦੇ ਜਿਹੜੇ ਕਮਾਂਡ ਸਾਹਿਬ ਨਾਲ ਹੈ, ਹਰ ਜਗ੍ਹਾ 'ਤੇ BSF 'ਤੇ ਸਾਡੇ ਵੱਲੋਂ ਕਾਮਨ ਕੋਆਰਡੀਨੇਟਡ ਵਧੀਆ ਤਰੀਕੇ ਦੇ ਨਾਲ ਸਾਡਾ ਫਲੈਗ ਮਾਰਚ ਕੱਢਿਆ ਜਾ ਰਿਹਾ। ਸਰ ਕੀ ਮੈਸੇਜ ਦੇਣਾ ਚਾਹੋਗੇ ਸੁਤੰਤਰਤਾ ਦਿਵਸ ਨੂੰ ਲੈ ਕੇ? ਅਸੀਂ ਸਾਰਿਆਂ ਨੂੰ ਇਸ ਦੀਆਂ ਸਾਡੀ ਜਿਹੜੀ ਪਬਲਿਕ ਨੂੰ ਅਸ਼ੋਰ ਕਰ ਰਹੇ ਹਾਂ ਵੀ ਸਾਡੇ ਵੱਲੋਂ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਆ, ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਅਤੇ ਸੈਕਿੰਡਲੀ ਜਿਹੜੇ ਕੋਈ ਮਾੜੇ ਅਨਸਰ ਹੈ ਉਹਨਾਂ ਨੂੰ ਚੇਤਾਵਨੀ ਹੈ ਵੀ ਕੋਈ ਵੀ ਮਾੜਾ ਕੰਮ
साढ़े एरिए हो सकता है। थैंक यू सर। क्या कहेंगे आज फ्लैग मार्च निकाला जा रहा है पुलिस के साथ मिलकर? राष्ट्रीय सुरक्षा के साथ साथ स्वतंत्रता के महापर्व में सीमा सुरक्षा बल स्टेट पुलिस के साथ मिलजुल कर देश की सुरक्षा और समृद्धि में बराबर की भागीदार है। हमारा पूरा प्रयास है कि हम देश का हर नागरिक अपने को सुरक्षित और समृद्ध महसूस करें। 15 अगस्त के लिए क्या मैसेज देना चाहेंगे सर शहर देशवासियों? राष्ट्र की सेवा हमारी सबसे बड़ी सेवा है और हमारे अमर शहीदों ने जितनी बलिदान देकर इस स्वतंत्रता को हासिल किया है हमारा कर्तव्य है उस कार्यवाही को देश की स्वतंत्रता को अक्षुण रखने में हम पूरा प्रयास करें। एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।